ਹੁਸ਼ਿਆਰਪੁਰ ਦਾ ਹਲਕਾ ਦਸੂਹਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਬਣਿਆ ਹੋਇਆ ਹੈ। ਦੱਸ ਦਈਏ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਨੇ, ਆਏ ਦਿਨ ਦਸੂਹੇ ਵਿੱਚ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਗੱਲ ਕਰਾਂਗੇ ਬੀਤੀ ਰਾਤ 7:30 ਵਜੇ ਕਰੀਬ ਦਸੂਹਾ ਦਿੱਲੀ ਜੰਮੂ ਨੈਸ਼ਨਲ ਹਾਈਵੇ ਦੇ ਅੱਡਾ ਗਰਨਾ ਸਾਹਿਬ ਨਜ਼ਦੀਕ ਇੱਕ ਪੈਟਰੋਲ ਪੰਪ 'ਤੇ ਲੁਟੇਰਿਆਂ ਵੱਲੋਂ ਨਕਦੀ ਲੁੱਟੀ ਜਾਂਦੀ ਹੈ ਅਤੇ ਇੱਕ ਲੁੱਟ ਦੀ ਵਾਰਦਾਤ ਤੋਂ ਅੰਜਾਮ ਦਿੱਤਾ ਜਾਂਦਾ ਹੈ। ਇਸੇ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਉਹ ਕਰਿੰਦਾ ਮੌਜੂਦ ਆ ਜੋ ਇਸ ਪੈਟਰੋਲ ਪੰਪ 'ਤੇ ਕੰਮ ਕਰਦਾ ਸੀਗਾ। ਵੀਰੇ ਕੀ ਨਾਮ ਤੁਹਾਡਾ? ਅੰਮ੍ਰਿਤਪਾਲ ਸਿੰਘ ਜੀ। ਅੰਮ੍ਰਿਤਪਾਲ ਜੀ, ਕੀ ਹੋਇਆ ਸੀ, ਸਾਰੀ ਗੱਲ ਦੱਸੋ। ਸਰ, ਮੈਂ ਆਪਣਾ ਇੱਥੇ ਖੜ੍ਹਾ ਆਪਣਾ ਹਿਸਾਬ ਕਰ ਰਿਹਾ ਸੀਗਾ ਅਤੇ ਮੁੰਡੇ ਆਏ ਆ 3 ਜਣੇ ਬਾਈਕ 'ਤੇ, ਉਹਨੀ ਆਉਂਦੇ ਨੇ ਪਹਿਲਾਂ ਮੈਨੇਜਰ ਨੂੰ ਫੜਿਆ, ਫਿਰ ਮੇਰੇ ਕੋਲ ਕੈਸ਼ ਖੋ ਕੇ, ਅਤੇ ਇੱਕ ਗਾਹਕ ਆਇਆ ਸੀ ਉਹਨੂੰ ਪੈ ਗਏ, ਉਹਦੇ ਕੋਲ ਕੈਸ਼ ਖੋ ਕੇ ਲੈ ਗਏ ਆ। ਨਹੀਂ, ਗਾਹਕ ਉਹ ਕਿਸ ਤਰ੍ਹਾਂ ਲੈ ਗਏ? ਗਾਹਕ ਸੀਗਾ ਬਾਥਰੂਮ ਵੜਿਆ ਅਤੇ ਬਹੁ ਸਾਡੇ ਮਾਲਕ ਦੀ ਗੱਡੀ ਖੜੀ ਸੀ, ਉਹ ਭੁਲੇਖੇ ਸੀਗੇ ਕਿ ਮਾਲਕ ਦੀ ਗੱਡੀ ਖੜੀ ਆ, ਅਤੇ ਉਹਨੂੰ ਬਾਥਰੂਮ 'ਚੋਂ ਨਿਕਲਿਆ ਉਹਨੂੰ ਪੈ ਗਏ, ਅਤੇ ਉਹ ਤੋਂ ਪੈਸੇ ਖੋਏ, ਬਹੁ ਸਾਡੀ ਦੀ ਗੱਡੀ ਦੇ ਸ਼ੀਸ਼ੇ ਭੰਨੇ, ਅਤੇ ਫਿਰ ਪੈਸੇ ਖੋ ਕੇ ਦੌੜ ਗਏ। ਤੁਹਾਡੇ ਕੋਲੋਂ ਕੀ ਖੋਇਆ ਆ ਕੇ? ਸਾਡੇ ਕੋਲ ਮੇਰੇ ਕੋਲ ਸੀਗਾ 16,000 ਜੀ, ਉਹ ਲੈ ਗਏ ਆ। ਮੋਬਾਈਲ ਵੀ ਲੈ ਕੇ ਗਏ? ਤੁਹਾਡਾ ਫੋਨ ਭੰਨ ਗਏ ਆ। ਅੱਛਾ, ਇਹ ਗੱਲ ਦੱਸੋ ਮੈਨੂੰ, ਕਹਿੰਦੇ ਕਿ ਜਦੋਂ ਲੁਟੇਰੇ ਆਏ ਆ ਕੇ ਉਹ ਸਿੱਧਾ ਗਏ ਕਿਸ ਪਾਸੇ ਨੂੰ ਸੀਗੇ? ਉਹ ਸਿੱਧਾ ਮੈਨੇਜਰ ਦੇ ਕਮਰੇ 'ਚ ਗਏ ਆ ਜੀ। ਅਤੇ ਉੱਥੋਂ ਫਿਰ ਮੈਨੇਜਰ ਸਾਹਿਬ ਨਾਲ ਕੀ ਕੋਈ ਹੱਥੋਂ ਪਾਈ ਹੋਈ, ਕੀ ਹੋਇਆ? ਹਾਂਜੀ, ਉਹਨੂੰ ਹੱਥੋਂ ਪਾਈ ਹੋਈ, ਉਹਦੇ 'ਚ ਬਿੜਾ ਚਬੁੜਾ ਮਾਰੀਆ ਜੀ ਉਹਦੇ, ਉਹਨੂੰ ਲੈ ਕੇ ਬਾਹਰ ਆਏ ਅਤੇ ਸਾਰਿਆਂ ਕੋਲ ਵੈਪਨ ਸੀਗੇ। ਅੱਛਾ, ਅਸਲਾ ਤੋਂ ਗੋਲੀਬਾਰੀ ਵੀ ਹੋਈ ਹੈ? ਹਾਂਜੀ, ਉਹਨੇ ਗੋਲੀ ਮਾਰੀ ਹੈ ਗੱਡੀ ਵਿੱਚ। ਅੱਛਾ, ਜਿਹੜੀ ਗੱਡੀ ਇੱਥੇ ਖੜੀ ਸੀਗੀ ਉਹਦੇ 'ਤੇ ਗੋਲੀਆਂ ਵੱਜੀਆਂ, ਇਹ ਉਹਨਾਂ ਲੁਟੇਰਿਆਂ ਵੱਲੋਂ ਮਾਰੀਆਂ ਗਈਆਂ ਸੀਗੀਆਂ? ਹਾਂਜੀ, ਲੁਟੇਰਿਆਂ ਵੱਲੋਂ ਮਾਰੀਆਂ ਜੀ ਉਹਨੇ, ਉਹਨੇ ਸ਼ੀਸ਼ਾ ਭੰਨਿਆ ਗੱਡੀ ਦਾ ਜੀ, ਫਾਇਰ ਮਾਰ ਕੇ। ਅੱਛਾ, ਫਾਇਰ ਮਾਰੇ ਗਏ? ਹਾਂਜੀ, ਉਹਨੇ ਫਾਇਰ ਮਾਰ ਕੇ ਗੱਡੀ ਦਾ ਸ਼ੀਸ਼ਾ ਭੰਨਿਆ, ਗੱਡੀ 'ਚ ਪੈਸੇ ਲੱਭਦੇ ਗਏ ਜੀ। ਬਿਲਕੁਲ, ਇੱਕ ਗੱਲ ਜ਼ਰੂਰ ਦੱਸਾਂਗੇ ਦਰਸ਼ਕਾਂ ਨੂੰ ਕਿ ਇਸੇ ਪੰਪ 'ਤੇ ਇੱਕ ਕੋਈ ਇਹਨਾਂ ਦਾ ਪੰਪ 'ਤੇ ਤੇਲ ਭਰਵਾਉਣ ਕੋਈ ਕਸਟਮਰ ਵੀ ਆਇਆ ਸੀਗਾ, ਉਹ ਬਾਥਰੂਮ ਗਿਆ ਸੀਗਾ ਅਤੇ ਲੁਟੇਰਿਆਂ ਨੇ ਉਸਨੂੰ ਵੀ ਆਪਣਾ ਲੁੱਟ ਦਾ ਸ਼ਿਕਾਰ ਬਣਾਇਆ ਹੈਗਾ। ਅੱਛਾ, ਇਹ ਗੱਲ ਦੱਸੋ ਮੈਨੂੰ ਕਿ ਜੇ ਕਿੰਨੇ ਵਜੇ ਦੀ ਵਾਰਦਾਤ ਹੈ ਅਤੇ ਔਰ ਜਿਹੜੇ ਲੁਟੇਰੇ ਉਹ ਕਾਹਦੇ 'ਤੇ ਆਏ ਸੀਗੇ? ਇਹ 7:30 ਵਜੇ ਦੀ ਗੱਲਬਾਤ ਆ ਜੀ, ਅਤੇ ਬਾਈਕ 'ਤੇ ਸੀਗੇ ਉਹ। ਬਾਈਕ 'ਤੇ? ਹਾਂਜੀ, ਪੰਡੀਨਾ ਮੋਟਰਸਾਈਕਲ ਸੀਗਾ ਉਹਨਾਂ ਦੇ। ਮੂੰਹ ਨੰਗੇ ਸੀਗੇ? ਬੰਨੇ ਹੋਏ? ਮੂੰਹ ਬੰਨੇ ਹੋਏ ਸੀਗੇ ਸਾਰਿਆਂ ਦੇ, ਤਿੰਨਾਂ ਦੇ ਤਿੰਨਾਂ ਨੇ ਮੂੰਹ ਲਪੇਟੇ ਹੋਏ ਸੀਗੇ, ਪਛਾਣ ਨਹੀਂ ਹੁੰਦੇ ਸੀਗੇ। ਅੱਛਾ, ਪਛਾਣੇ ਨਹੀਂ ਜਾਂਦੇ ਸੀਗੇ? ਉਸ ਤੋਂ ਬਾਅਦ ਤੁਸੀਂ ਕੀ ਪੁਲਿਸ ਨੂੰ ਸੂਚਿਤ ਕੀਤਾ? ਹਾਂਜੀ, ਅਸੀਂ ਪੁਲਿਸ ਨੂੰ ਕੀਤਾ, ਸਾਰੇ ਆਏ ਸੀ ਪੁਲਿਸ ਵਾਲੇ ਵਿੱਚ, ਉਹ ਮੌਕਾ ਦੇਖ ਕੇ ਲਗਾਏ ਆ। ਅਤੇ ਜਿਹੜੇ ਤੁਹਾਡੇ ਪੰਪ ਦੇ ਮਾਲਕ ਹੈ ਉਹਨਾਂ ਦੀ ਗੱਡੀ ਇੱਥੇ ਬਾਹਰ ਖੜੀ ਸੀ, ਉਹ ਕਿੱਥੇ ਸੀ ਉਸ ਵਕਤ? ਉਹ ਆਪਣੇ ਕਮਰੇ ਸੀਗੇ, ਪਿੱਛੇ ਕਮਰਾ ਆ ਉਹਦੇ ਵਿੱਚ ਸੀਗੇ ਉਹ। ਉਹ ਪੈਰ ਦੀ ਆਵਾਜ਼ ਸੁਣ ਕੇ ਉਹ ਵੀ ਬਾਹਰ ਆਏ। ਅਤੇ ਉਸ ਟਾਈਮ ਲੁਟੇਰੇ ਇੱਥੇ ਹੀ ਸੀਗੇ ਜਦੋਂ ਆਏ ਮਾਲਕ ਬਾਹਰ? ਨਹੀਂ, ਉਸ ਟਾਈਮ ਉਹ ਚੱਲ ਗਏ ਸੀਗੇ, ਲੁਟੇਰੇ ਭੱਜ ਗਏ ਸੀਗੇ ਉਹ। ਫਿਰ ਮਾਲਕ ਸਾਡੇ ਬਾਹਰ ਆਏ, ਉਹਨੇ ਦੇਖਿਆ ਕਿ ਕੀ ਇਹ ਕੀ ਹੋਇਆ, ਫਿਰ ਦੱਸਿਆ ਉਹਨਾਂ ਨੂੰ ਆਪਾਂ, ਫਿਰ ਉਹਦੀ ਪੁਲਿਸ ਵਾਲਿਆਂ ਨੇ ਫੋਨ ਕੀਤਾ, ਸਾਰੇ ਪੁਲਿਸ ਵਾਲੇ ਇੱਥੇ ਆਏ। ਅਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ? ਅਸੀਂ ਤਾਂ ਇਹੀ ਮੰਗ ਕਰਦੇ ਹਾਂ, 24 ਘੰਟੇ ਡਿਊਟੀ ਕਰਨੀ ਹੈ ਜੀ, ਦਿਨ ਦਾ ਖੁੱਲ੍ਹਾ ਰਹਿੰਦਾ ਪੰਪ, ਅਤੇ ਹਾਈਵੇ ਰੋਡ 'ਤੇ ਹੈਗਾ ਪੰਪ ਇਹ, ਅਤੇ ਸਾਨੂੰ ਪੁਲਿਸ ਵਾਲਿਆਂ ਦੀ ਇਹੀ ਆ ਕਿ ਪੈਟਰੋਲਿੰਗ ਵਾਲੇ ਵਾਰ ਵਾਰ ਘੁੰਮਣ, ਚੈੱਕ ਕਰਨ ਸਾਰੇ ਪੰਪਾਂ ਦੇ, ਸਾਡੀ ਤਾਂ ਇਹੀ ਮੰਗ ਆ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬੀਤੀ ਰਾਤ 3 ਲੁਟੇਰਿਆਂ ਵੱਲੋਂ ਦਸੂਹਾ ਦੇ ਇਸ HP ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਉੱਥੇ ਹੀ ਫਾਇਰਿੰਗ ਵੀ ਕੀਤੀ ਜਾਂਦੀ ਹੈ ਮਾਲਕ ਦੀ ਗੱਡੀ ਉੱਤੇ, ਅਤੇ ਕਰਿੰਦਿਆਂ ਜੋ ਕਿ ਪੰਪ 'ਤੇ ਕਰਿੰਦੇ ਕੰਮ ਕਰਦੇ ਉਹਨਾਂ ਦਾ ਵੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਹਾਈਵੇ ਉੱਤੇ ਗਸ਼ਤ ਜਿਹੜੀ ਆਪਣੀ ਤੇਜ਼ ਕਰੇ, ਪੈਟਰੋਲਿੰਗ ਕੀਤੀ ਜਾਵੇ ਵਾਰ ਵਾਰ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਜਿਹੜੀ ਆ ਉਹ ਨਾ ਹੋ ਸਕਣ। ਇਹ ਸਮਾਂ ਕਰੀਬ 7:25 ਦਾ ਸੀ, ਸਾਨੂੰ ਫੋਨ ਆਇਆ ਵੀ ਘੁੰਮਣ ਫਿਲਿੰਗ ਸਟੇਸ਼ਨ ਜਿਹੜਾ ਪੈਟਰੋਲ ਪੰਪ ਹੈਗਾ ਬੋਦਲਾ ਨੇੜੇ, ਉੱਥੇ ਕੋਈ 3 ਵਿਅਕਤੀ ਆਏ ਨੇ ਮੋਟਰਸਾਈਕਲ 'ਤੇ, ਅਤੇ ਕੋਈ ਕਰੀਬ 15-16,000 ਰੁਪਇਆ ਖੋਹ ਕਰਕੇ ਲੈ ਗਏ ਨੇ। ਮੌਕੇ 'ਤੇ ਪਹੁੰਚੇ, ਅਸੀਂ ਜਾਇਜ਼ਾ ਲਿਆ ਅਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਅਨਨੋਨ ਵਿਅਕਤੀਆਂ 'ਤੇ। ਜਲਦੀ ਤੋਂ ਜਲਦੀ ਇਹਨਾਂ ਮੁੰਡਿਆਂ ਨੂੰ ਫੜਿਆ ਜਾਏਗਾ
ਅਤੇ ਅਰੈਸਟ ਪਾ ਕੇ ਤਾਂ ਜੇਲ੍ਹ ਭੇਜਿਆ ਜਾਏਗਾ। ਸਰ ਇੱਕ ਪਤਾ ਚੱਲਿਆ ਕਿ ਉਹਨਾਂ ਨੇ ਕੋਈ ਫਾਇਰ ਵਗੈਰਾ ਵੀ ਕੀਤੇ ਆ ਪਿਸਟਲ ਦੇ ਨਾਲ? ਫਾਇਰ ਵਾਲੀ ਤਾਂ ਗੱਲ ਇੰਨੀ ਸਾਹਮਣੇ ਨਹੀਂ ਆਈ ਬਹੁਤੀ, ਨਾ ਕੋਈ ਖੋਲ ਮਿਲਿਆ, ਅਤੇ ਉੱਦਾਂ ਗੱਡੀ ਦੇ ਸ਼ੀਸ਼ੇ ਭੱਜੇ ਨੇ, ਗੱਡੀ ਸੀਗੀ ਸਕਾਰਪੀਓ ਗੱਡੀ ਸੀ, ਉਹਦੇ ਸ਼ੀਸ਼ੇ ਭੱਜੇ। ਪਰ ਜਿਹੜੇ ਕਰਮਚਾਰੀ ਉਹਨਾਂ ਦਾ ਕਹਿਣਾ ਕਿ ਗਨ ਪੁਆਇੰਟ ਕਰਕੇ ਜਿਹੜਾ ਹੈਗਾ ਵੀ ਲੁੱਟਣ ਦਾ ਜਿਹੜਾ ਇਹ ਘਟਨਾ ਵਾਪਰੀ ਹੈ। ਦੇਖੋ ਸਾਡੀ ਤਾਂ ਚਲਦੀ ਪਈ ਤਫਤੀਸ਼ ਆ, ਆਪਾਂ ਜੋ ਤਫਤੀਸ਼ ਗੱਲ ਸਾਹਮਣੇ ਆਵੇਗੀ ਉਹਨੂੰ ਲਿਆਵਾਂਗੇ ਮੋਹਰੇ, ਉਹ 'ਚ ਜੁਰਮ 'ਚ ਵਾਧਾ ਕੀਤਾ ਜਾਵੇ।